ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਤਹਿਤ ਧੰਨ ਧੰਨ ਬਾਬਾ ਕਾਮਦਾਸ ਜੀ ਸਪੋਰਟਸ ਕਲੱਬ ਰਜਿਸਟਰਡ ਵੱਲੋਂ ਨੌਰਥ ਇੰਡੀਆ ਫੈਡਰੇਸ਼ਨ ਕੱਪ 12ਵਾਂ ਕਬੱਡੀ ਦਾ ਮਹਾਂਕੁੰਭ 15-16 ਅਤੇ 17 ਫਰਵਰੀ 2020 ਦਿਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਆਲਮਗੀਰ ਕਾਲਾ ਸੰਘਿਆ ਵਿਖੇ ਕਰਵਾਇਆ ਜਾਵੇਗਾ। ਇਸ ਵਿੱਚ ਪਹਿਲਾ ਇਨਾਮ 1.5 ਲੱਖ ਰੁਪਏ ਅਤੇ ਦੂਜਾ ਇਨਾਮ 1 ਲੱਖ ਰੁਪਏ ਰੱਖਿਆ ਗਿਆ ਹੈ। ਪਿੰਡ ਪੱਧਰ 'ਤੇ ਓਪਨ ਟੀਮ ਨੂੰ ਪਹਿਲਾ ਇਨਾਮ 71,000 ਰੁਪਏ, ਦੂਜਾ 61,000, 58 ਕਿਲੋ ਨੂੰ ਪਹਿਲਾ ਇਨਾਮ 31,000, ਦੂਜਾ 25,000, 40 ਕਿਲੋ ਵੇਟ ਦੀ ਟੀਮ ਨੂੰ ਪਹਿਲਾ ਇਨਾਮ 20,000 ਅਤੇ ਦੂਜਾ ਇਨਾਮ 15,000 ਹੋਵੇਗਾ। ਨੌਰਥ ਕਬੱਡੀ ਫੈਡਰੇਸ਼ਨ ਦੇ ਬੈਸਟ ਰੇਡ ਅਤੇ ਜਾਫੀ ਨੂੰ 51,000 ਰੁਪਏ ਦਿੱਤੇ ਜਾਣਗੇ। ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 21,000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ 17 ਫਰਵਰੀ ਦਿਨ ਸੋਮਵਾਰ ਨੂੰ ਆਰਨੇਤ ਦਾ ਖੁੱਲ੍ਹਾ ਅਖਾੜਾ ਹੋਵੇਗਾ ਅਤੇ ਇਸ ਖੇਡ ਮੇਲੇ ਨੂੰ ਆਵਾਜ਼ਕਮ ਟੀਵੀ 'ਤੇ ਲਾਈਵ ਦਿਖਾਇਆ ਜਾਵੇਗਾ।